ਸਾਡਾ ਵੈਰ ਵਿਰੋਧ ਬਹੁਤ ਲੋਕਾਂ ਨਾਲ ਸਮਝਦਾ ਹੈ, ਪਰ ਸਿੱਖ ਦਾ ਕਰਤਾਰ ਇਹ ਨਹੀਂ ਸੀ ਕਿ ਉਹ ਕਿਸੇ ਦੀ ਧੀ ਭੈਣ ਬਾਰੇ ਬਣ। ਯਾਰ ਸਲੂਟ ਹੈ ਅੰਮ੍ਰਿਤਪਾਲ, ਜਾਂ ਤੇ ਤੁਸੀਂ ਮੇਰੇ ਹਮਾਇਤੀ ਹੋ ਸਕਦੇ ਜੋ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਹਰ ਜਿਹੜੀ ਸਪੀਚ ਆ ਉਹਨੂੰ ਸੁਣੋ, ਹਰ ਸਪੀਚ ਦੇ ਵਿੱਚ ਕੋਈ ਨਵਾਂ ਹੀ ਪੈਗਾਮ ਮਿਲਦਾ ਵੈ, ਕੋਈ ਨਵੀਂ ਗੱਲ ਮਿਲਦੀ ਹੈ, ਕੋਈ ਨਵੀਂ ਚੰਗੀ ਗੱਲ ਹੀ ਅੰਮ੍ਰਿਤਪਾਲ ਸਿੰਘ ਦੇ ਬਾਰੇ ਸਾਹਮਣੇ ਆਉਂਦੀ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਨਵੀਂ ਸਪੀਚ ਸੁਣਾਂਗੇ, ਸੋ ਚੱਲ ਕੇ ਵੀਡੀਓ ਦੇਖਦੇ ਹਾਂ। ਇਸ ਤੋਂ ਪਹਿਲੇ ਜਿਹਨਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਗੱਲਬਾਤ ਕਰਾਂਗੇ। ਗੋ। ਮੈਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਕਿ ਕੋਈ ਮੇਰੇ ਹਮਦਰਦ ਬਣ ਕੇ, ਮੇਰੇ ਹਮਾਇਤੀ ਬਣ ਕੇ ਉਹ ਫੇਸਬੁੱਕ 'ਤੇ ਜਾਂ ਕਿਸੇ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ 'ਤੇ ਮੈਂ ਬਹੁਤ ਘੱਟ ਵੇਖਦਾ, ਮੇਰੇ ਕੋਲ ਸਮਾਂ ਨਹੀਂ। ਉਹ ਮੇਰਾ ਮਜ਼ਾਕ ਕਰਨ ਲਈ ਲੋਕਾਂ ਨੂੰ ਗਾਲਾਂ ਕੱਢਦੇ। ਅੱਜ ਉਸ ਧਰਤੀ 'ਤੇ ਬੈਠੇ ਜਿੱਥੇ ਮਹਾਰਾਜ ਨੇ ਕਿਹਾ ਸੀ, ਸੋ ਕਿਉਂ ਮੰਦਾ ਆਖੀਐ ਜੰਮੇ ਰਾਜਾ। ਕਿਸੇ ਨੂੰ ਕਿਸੇ ਦੀ ਧੀ ਭੈਣ ਬਾਰੇ ਮਾੜਾ ਬੋਲਣਾ ਨਹੀਂ। ਸਾਡੇ ਵਿਚਾਰ ਵੀ ਮਤਭੇਦ ਬਹੁਤ ਲੋਕਾਂ ਨਾਲ, ਸਾਡੀ ਦੁਸ਼ਮਣੀ ਬਹੁਤ ਲੋਕਾਂ ਨਾਲ, ਸਾਡਾ ਵੈਰ ਵਿਰੋਧ ਬਹੁਤ ਲੋਕਾਂ ਨਾਲ ਸਮਝਦਾ, ਪਰ ਸਿੱਖ ਦਾ ਕਰਤਾਰ ਇਹ ਨਹੀਂ ਸੀ ਕਿ ਉਹ ਕਿਸੇ ਦੀ ਧੀ ਭੈਣ ਬਾਰੇ ਬਣ। ਯਾਰ ਸਲੂਟ ਹੈ ਅੰਮ੍ਰਿਤਪਾਲ, ਜਾਂ ਤੇ ਤੁਸੀਂ ਮੇਰੇ ਹਮਾਇਤੀ ਹੋ ਸਕਦੇ ਜੋ ਤੇ ਜਾਂ ਤੁਸੀਂ ਗਾਲਾਂ ਕੱਢਣ ਵਾਲੇ। ਸੱਚਾ ਲੀਡਰ ਹੈ ਯਾਰ, ਕਮਾਲ ਹੈ, ਕਮਾਲ, ਦਿਲ ਖੁਸ਼ ਕਰਤਾ। ਜੇ ਤੇ ਮੇਰੇ ਹਮਾਇਤੀ ਜੋ, ਜੇ ਮੈਨੂੰ ਪ੍ਰੇਮ ਕਰਨ ਵਾਲੇ ਜੋ, ਜੇ ਤੁਹਾਡੇ ਮਨ 'ਚ ਰਾਂਝ ਆਉਂਦਾ, ਗੁੱਸਾ ਆਉਂਦਾ ਜਦੋਂ ਮੇਰੇ ਖਿਲਾਫ਼ ਬੋਲਦਾ, ਤੇ ਫਿਰ ਇੱਕ ਗੱਲ ਧਾਰ ਲਓ ਕਿ ਆਪਾਂ ਕਿਸੇ ਨੂੰ ਗਾਲ ਨਹੀਂ ਕੱਢਣੀ। ਤੁਸੀਂ ਕਿਸੇ ਨੂੰ ਜਵਾਬ ਦੇ ਸਕਦੇ, ਜੇ ਦੋ ਨਹੀਂ ਦੇ ਸਕਦੇ, ਨਾ ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਆਪੇ ਜਵਾਬ ਦੇ। ਸੱਚੇ ਮਾਰ ਕੇ ਚੱਲਦੇ ਹਾਂ, ਸਤਿ ਕਰੇ ਜਨ, ਕਿਸ ਦੀ ਗਵਾਹੀ ਦੀ ਕੀ ਲੋੜ ਹੈ ਸਾਨੂੰ? ਇਹ ਬਹਿਸ ਸਹੀਏ 'ਚ ਪੈਣ ਦੀ ਸਾਨੂੰ ਲੋੜ ਨਹੀਂ, ਸਤਿਗੁਰ ਨੇ ਆਪੇ ਜਵਾਬ ਦੇਣਾ ਹੈ। ਜਿੰਨਾ ਚਿਰ ਉਹ ਸੱਚੇ ਮਾਰਗ 'ਤੇ ਚੱਲ ਰਹੇ ਹਾਂ, ਉਹਨਾਂ ਚਿਰ ਉਹਨੇ ਜਵਾਬ ਦੇ ਦੇਣਾ ਹੈ। ਜਿੱਦਣ ਅਸੀਂ ਡੋਲ ਗਏ, ਉੱਦਣ ਕਿਸੇ ਨੂੰ ਕੋਈ ਸਾਜਿਸ਼ ਘੜਨ ਦੀ ਲੋੜ ਨਹੀਂ ਪੈਣੀ, ਉੱਦਣ ਸਾਰਾ ਨੁਕਸਾਨ ਅਸੀਂ ਆਪ ਕਰ ਪੈਣਾ। ਸੋ ਆਪਾਂ ਸਹਿਜ ਹੋ, ਆਪਣੀ ਜੰਗ ਬੜੀ ਵੱਡੀ ਹੈ, ਬੜੀ ਲੰਮੀ ਹੈ, ਇਹ ਲੜਾਈ ਲੜਨੀ ਹੈ। ਅਤੇ ਮੈਂ ਕੋਈ ਇੱਥੇ ਝੂਠ ਨਹੀਂ ਬੋਲਣਾ ਵੀ ਇੱਥੇ ਬਈ ਲਹੂ ਨਹੀਂ ਡੋਲਣਾ ਪੈਣਾ, ਇੱਥੇ ਸਾਰਾ ਕੁਝ ਕਰਨਾ ਪੈਣਾ ਸਿੱਖਾਂ, ਫਿਰ ਆਜ਼ਾਦੀ ਨੂੰ ਪ੍ਰਾਪਤ ਹੋਣੀ ਹੈ। ਜਿਸ ਆਜ਼ਾਦੀ ਨੂੰ ਲੋੜਦੇ ਹਾਂ, ਜਿਸ ਬੇਗਮਪੁਰੇ ਨੂੰ ਅਸੀਂ ਕਹਿੰਦੇ ਹਾਂ, ਜਿਸ ਰਾਜ ਦੀ ਗੱਲ ਕਰਦੇ ਹਾਂ, ਜਿਸ ਖਾਲਸੇ ਰਾਜ ਨੂੰ ਅਸੀਂ ਮੁੜ ਮੰਗਦੇ ਹਾਂ ਵਾਪਸ, ਉਹਦੇ ਲਈ ਬੜਾ ਕੁਛ ਡੋਲਣਾ ਪੈਣਾ, ਬੜਾ ਕੁਰਬਾਨ ਕਰਨਾ ਪੈਣਾ, ਬੜੀ ਕਠਿਨ ਪ੍ਰੀਖਿਆ 'ਚ ਲੱਗਣਾ ਪੈਣਾ। ਪਰ ਉਹਦੇ ਪ੍ਰੀਖਿਆ ਦੇ ਵਿੱਚ ਇਹ ਨਹੀਂ ਵੀ ਅਸੀਂ ਲੋਕਾਂ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਪਈ। ਜਿਹੜਾ ਵੀ ਬੰਦਾ ਇਹ ਕੰਮ ਕਰਦਾ ਉਹਨੂੰ ਮੇਰਾ ਵਿਰੋਧੀ ਸਮਝਿਆ ਜਾਵੇ, ਉਹ ਕੋਈ ਵੀ ਹੋਵੇ। ਅੱਜ ਹਾਲਾਤ ਉਹ ਨਹੀਂ ਵੀ ਆਪਾਂ ਇਹ ਕੰਮ ਕਰਦੇ ਕਰੀ। ਸੋ ਇਸ ਕਰਕੇ ਆਪਾਂ ਇਹਨਾਂ ਗੱਲਾਂ ਤੋਂ ਸੰਭਲੀਏ, ਆਵਾਜ਼ ਆਈ ਹੈ। ਜੇ ਇੱਕ ਦੂਜੇ ਦੀ ਹਮਾਇਤ ਕਰਨੀ ਹੈ, ਜੇ ਮੇਰੀ ਹਮਾਇਤ ਕਰਨੀ ਹੈ, ਤੁਸੀਂ ਚੁੱਪ ਕਰ ਜਾਓ, ਸਮੇਂ ਨੂੰ ਜਵਾਬ ਦੇਣ ਦਿਓ। ਵਕਤ ਨੇ ਸਾਰਾ ਕੁਛ ਸਾਫ਼ ਕਰ ਦੇਣਾ। ਜੇ ਮੈਂ ਚੋਰ ਹੋਇਆ, ਤੁਹਾਡੀਆਂ ਦਲੀਲਾਂ ਨੇ ਮੈਨੂੰ ਬਚਾਉਣਾ ਨਹੀਂ। ਜੇ ਮੇਰੇ ਮਨ 'ਚ ਮੈਲ ਹੋਈ, ਤੁਹਾਡੇ ਤਰਕ ਨੇ ਮੇਰੀ ਜਾਨ ਨਹੀਂ ਬਚਾਉਣੀ। ਜੇ ਮੇਰੇ ਮਨ ਦੇ ਵਿੱਚ ਕੋਈ ਲੋਭ ਹੋਇਆ, ਲਾਲ ਚੜਿਆ, ਤਾਂ ਤੁਸੀਂ ਜਿੰਨੇ ਮਰਜ਼ੀ ਫੌਜਾਂ ਖੜੀਆਂ ਕਰ ਲਓ, ਲਾਮੋ ਲਸ਼ਕਰ ਖੜੇ ਕਰ ਲਓ, ਕਰੀ ਬਚਾਉਣ ਲਈ ਮੈਂ ਨਹੀਂ ਬਚ ਸਕਦਾ। ਅਤੇ ਜੇ ਮੇਰਾ ਮਨ ਸਾਫ਼ ਰਿਹਾ ਸਤਿਗੁਰ ਦੀ ਕਿਰਪਾ ਦੇ ਨਾਲ, ਜੇ ਮਨ 'ਚ ਹੋਮਿਆਂ ਹੰਕਾਰ ਨਾ ਆਇਆ, ਲੋਭ ਲਾਲਚ ਨਾ ਆਇਆ, ਅਤੇ ਫਿਰ ਉਹਨਾਂ ਨੂੰ ਜਿੰਨੀ ਮਰਜ਼ੀ ਲਾਮੋ ਲਸ਼ਕਰ ਫੌਜਾਂ ਖੜੇ ਕਰ ਲਓ, ਮੇਰਾ ਕੁਛ ਨਹੀਂ ਹੋਇਆ। ਕਿਉਂ ਅਸੀਂ ਗੁਰੂ ਸਾਹਿਬ ਅੱਗੇ ਸ਼ਸਤਰ ਰੱਖਦੇ ਹਾਂ, ਕਿਤਾਬਾਂ ਨਹੀਂ ਰੱਖਦੇ? ਜਵਾਬ ਦਿਓ। ਸ਼ਸਤਰ ਇਸ ਕਰਕੇ ਰੱਖਦੇ ਹਾਂ, ਇਹ ਹਮਾਰੇ ਪੀਰ ਰਾਜ ਇਹਨਾਂ ਨੇ ਦਵਾਉਣਾ ਹੈ। ਬਾਣੀ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਬਦ ਹੈ, ਉਹਦੇ 'ਚ ਕੀ ਆਉਂਦਾ ਵਚਨ? ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਵਚਨ ਸਤਿਗੁਰ ਸੱਚੇ ਪਾਤਸ਼ਾਹ ਨੇ ਸੁਣ ਲਿਆ ਤੇ ਸੂਰਮਾ ਬਣ ਲਈ, ਹੱਥ 'ਚ ਤੇਗ ਧਰਨੀ ਪੈਣੀ ਹੈ। ਕਲਗੀ ਵਾਲੇ ਪਾਤਸ਼ਾਹ ਦਾ ਹੁਕਮ ਕਿਉਂ ਹੈ? ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਦੇ ਧਾਰਨੀ, ਬਾਣੀ ਦੇ ਧਾਰਨੀ ਦੇ ਸ਼ਸਤਰ ਧਾਰੀ ਬਣਾਇਆ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਕਿਹਾ ਸੀ ਵੀ ਸ਼ਸਤਰ ਦੀ ਹੱਥ 'ਚ ਕਿਤਾਬ ਫੜ ਲਈਏ, ਕੋਈ ਆਵੇ ਉਹਦੇ ਬਗਾਤੀ ਕਿਤਾਬ ਮਾਰ ਦੇ। ਏਦਾਂ ਹੁੰਦਾ ਜਿਹੜੇ ਸਾਨੂੰ ਸਲਾਹਾਂ ਦਿੰਦੇ ਨੇ ਵੀ ਤੁਸੀਂ ਹੱਥਾਂ 'ਚ ਇਤਿਹਾਸ ਸੁੱਟ ਦਿਓ, ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ
ਵੀ ਤੁਸੀਂ ਜਿਹੜਾ ਹਜ਼ਾਰ ਹਜ਼ਾਰ ਗਨਮੈਨ ਰੱਖਿਆ ਇਹਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਦੇ ਦਿਓ, ਇਹਨਾਂ ਦੇ ਹੱਥਾਂ ਨੂੰ ਦੇਣ ਨਾਲੋਂ ਜਿਹੜੇ ਮਾਸਟਰ ਟੀਚਰ ਬੇਰੁਜ਼ਗਾਰ ਕੁੱਟ ਖਾਂਦੇ ਫਿਰਦੇ ਨੇ ਧਰਨਿਆਂ ਦੇ ਉੱਤੇ, ਉਹਨਾਂ ਨੂੰ ਨਾਲ ਭਰਤੀ ਕਰ ਦਿਓ। ਪੀ ਐਚ ਡੀਆਂ ਕਰ ਕਰਕੇ ਉਹਨਾਂ ਦੀਆਂ ਡਿਗਰੀਆਂ ਦੀ ਕਿਤਾਬ ਬਣ ਗਈ ਹੈ, ਉਹ ਡਿਗਰੀਆਂ ਦੀ ਕਿਤਾਬ ਤੁਹਾਡੀ ਰਾਖੀ ਲਈ ਵਰਤੀ ਜਾਵੇ, ਕੋਈ ਤੁਹਾਡੇ ਤੇ ਹਮਲਾ ਕਰਨ ਆਵੇ ਉਹਨੂੰ ਕਿਤਾਬ ਖੋਲ ਕੇ ਉਸੇ ਵੇਲੇ ਕੋਈ ਤਰਕ ਦਿੱਤਾ ਜਾਵੇ ਤੇ ਹੋ ਸਕਦਾ ਜਿਹੜਾ ਹਮਲਾ ਕਰਨ ਆਇਆ ਉਹ ਹਮਲਾ ਕਰੇ ਹੀ ਨਾ। ਏਦਾਂ ਕਰੋ ਪਾਕਿਸਤਾਨ ਤੇ ਚੀਨ ਦੇ ਬਾਰਡਰ ਦੇ ਉੱਤੇ ਤੁਸੀਂ ਇਹੋ ਹੀ ਮੈਚ ਲਵਾ ਦਿਓ ਉਹਨਾਂ ਦਾ, ਇੱਧਰ ਨੂੰ ਵੱਧ ਕਿਤਾਬਾਂ ਕਿਹੜਾ ਪੜ੍ਹਦਾ ਉਧਰ ਨੂੰ ਵੱਧ ਕਿਹੜਾ ਪੜ੍ਹਦਾ ਜਿੱਤਦਾ ਤੇ ਹੋ ਜਾਵੇ। ਕਿਉਂ ਆਪਾਂ ਫੌਜਾਂ ਦੇ ਉੱਤੇ ਖਰਚੇ ਕਰਦੇ ਫਿਰਦੇ? ਸੋ ਅਸੀਂ ਕਿਤਾਬਾਂ ਦੇ ਕੋ ਵੈਰੀ ਨਹੀਂ, ਪਰ ਅਸੀਂ ਏਡੇ ਬੇਵਕੂਫ ਨਹੀਂ ਹੈਗੇ ਕਿ ਜਿੱਥੇ ਕਿਤਾਬ ਦੀ ਲੋੜ ਹੈ ਉੱਥੇ ਹਥਿਆਰ ਚੁੱਕ ਲਈਏ, ਜਿੱਥੇ ਹਥਿਆਰ ਦੀ ਲੋੜ ਹੈ ਉੱਥੇ ਰਾਤ ਚੁੱਕ ਕੇ ਬਹਿ ਜਾਈਏ। ਇਹ ਬੇਵਕੂਫਾਂ ਦਾ ਕੰਮ ਹੁੰਦਾ ਇਹ ਕੰਮ ਕਰਨਾ। ਸ਼ਸਤਰ ਕਿਹੜਾ? ਸ਼ਸਤਰ ਤੇ ਸ਼ਾਸਤਰ ਦੋਵੇਂ ਬੜੀਆਂ ਜ਼ਰੂਰੀ ਚੀਜ਼ਾਂ ਨੇ, ਪਰ ਜਿੱਥੇ ਸ਼ਸਤਰ ਨੇ ਕੰਮ ਆਉਣਾ ਉੱਥੇ ਸ਼ਸਤਰ ਨਹੀਂ ਆਉਣਾ, ਜਿੱਥੇ ਸ਼ਾਸਤਰ ਨੇ ਆਉਣਾ ਉੱਥੇ ਸ਼ਾਸਤਰ ਨਹੀਂ ਆਉਣਾ, ਦੋਵਾਂ ਨੂੰ ਇੱਕ ਦੂਜੇ ਦਾ ਬਦਲ ਨਹੀਂ ਸਕਦਾ। ਸੋ ਅੱਜ ਸਮਾਂ ਸਾਡੇ ਤੇ ਇੰਨਾ ਭਿਆਨਕ ਹੈ ਵੀ ਹਕੂਮਤ ਸਾਡੇ ਘਰਾਂ ਚ ਆਣ ਵਾਲੀ ਹੈ। ਘਰਾਂ ਚ ਆਣ ਕੇ ਕੀ ਕਹਿੰਦੀ ਹੈ ਵੀ ਤੁਹਾਡੇ ਘਰ ਦੇ ਵਿੱਚ ਜੇ ਜੰਗਾਲੀ ਕਿਰਪਾਨ ਵੀ ਹੈਗੀ ਤੇ ਦੇ ਦਿਓ। ਕਿਉਂ? ਕਿਉਂਕਿ ਉਹਨਾਂ ਨੇ ਬਾਅਦ ਚ ਸਾਡੇ ਘਰਾਂ ਦੇ ਵਿੱਚ ਭੀੜਾਂ ਭੇਜਣੀਆਂ ਨੇ, ਹਵਸ਼ੀ ਭੀੜਾਂ ਜਿਨ੍ਹਾਂ ਦੇ ਉੱਤੇ ਹਵਸ ਛਾਈ ਹੈ, ਜਿਹੜੇ ਜ਼ਾਲਮ ਨੇ, ਜਿਹੜੇ ਪਾਪੀ ਨੇ, ਜਿਹੜੇ ਦਿੱਲੀ ਚ ਸਾਡੇ ਘਰਾਂ ਚ ਟੱਪ ਕੇ ਕੰਧਾਂ ਗਏ ਸੀ, ਉਹਨਾਂ ਨੇ ਆਣ ਕੇ ਸਾਡੀਆਂ ਪੱਗਾਂ ਲਾਉਣੀਆਂ, ਸਾਡੇ ਗੁਰੂ ਘਰਾਂ ਦੀਆਂ ਬੇਅਦਬੀਆਂ ਕਰਨੀਆਂ, ਸਾਡੀਆਂ ਧੀਆਂ ਭੈਣਾਂ ਦੀਆਂ ਬੇਅਦਬੀਆਂ ਕਰਨੀਆਂ। ਤੇ ਜਿਹੜੀ ਚੀਜ਼ ਸਭ ਨੂੰ ਰੋਕ ਸਕਦੀ ਹੈ ਭਗਾਉਤੀ, ਉਹ ਤੁਹਾਡੇ ਘਰਾਂ ਚ ਚੁੱਕੀ ਜਾ ਰਹੀ ਹੈ, ਸ਼ਸਤਰ ਚੁੱਕੇ ਜਾ ਰਹੇ। ਅਸੀਂ ਸ਼ਸਤਰ ਕਿਉਂ ਕਰਾ ਦਿੰਦੇ ਹਾਂ? ਕਿਉਂਕਿ ਸਤਿਗੁਰ ਨੇ ਹੁਕਮ ਕੀਤਾ ਹੈ ਸ਼ਸਤਰਧਾਰੀ ਹੋਣ ਦਾ, ਪਰ ਨਾਲ ਅੰਮ੍ਰਿਤਧਾਰੀ ਹੋਣ ਦਾ ਵੀ ਹੁਕਮ ਹੈ ਸਤਿਗੁਰ। ਅੰਮ੍ਰਿਤਧਾਰੀ ਸਿੱਖ ਦੇ ਹੱਥੋਂ ਕੋਈ ਸ਼ਸਤਰ ਨਹੀਂ ਖੋ ਸਕਦਾ, ਉਹ ਮਰ ਜਾਊਗਾ ਪਰ ਆਪਣੇ ਸ਼ਸਤਰ ਨੂੰ ਤੰਗ ਤੋਂ ਜੁਦਾ ਨਹੀਂ ਕਰਨ ਦਊਗਾ। ਇਹਨਾਂ ਵਾਂਗੂ ਨਹੀਂ ਵੀ ਜਹਾਜੇ ਚੜ੍ਹਨਾ ਤੇ ਲਾ ਕੇ ਬੈਗ ਚ ਪਾ ਦਿੱਤਾ ਤੇ ਫਿਰ ਉੱਥੇ ਜਾ ਕੇ ਕਹਿਤਾ ਵੀ ਅਸੀਂ ਪ੍ਰਚਾਰ ਚ ਬੜੇ ਤਗੜੇ ਹੁੰਦੇ ਨੇ। ਇਹਨਾਂ ਵਾਂਗੂ ਨਹੀਂ ਵੀ ਨਹਾਉਣ ਲੱਗਿਆਂ ਤਿੱਲੀ ਤੇ ਟੰਗ ਲਿਆ ਤੇ ਟੰਗ ਕੇ ਤੇ ਬਾਅਦ ਚ ਪਾ ਕੇ ਕਹਿਤਾ ਵੀ ਅਸੀਂ ਪ੍ਰਚਾਰ ਚ ਬੜੇ ਤਗੜੇ। ਸੋ ਜਿਹੜਾ ਸ਼ਸਤਰ ਹੈ ਇਹਨੇ ਸਾਡੀ ਰਾਖੀ ਕਰਨੀ ਹੈ, ਔਰ ਰਾਖੀ ਕਰਨੀ ਅਸੀਂ ਜੇ ਸ਼ਸਤਰ ਅੰਮ੍ਰਿਤਧਾਰੀ ਹੋਵਾਂਗੇ। ਪੰਜ ਪਿਆਰਿਆਂ ਦੀ ਹਜ਼ੂਰੀ ਪੰਜ ਪਿਆਰੇ ਗੁਰੂ ਰੂਪ ਨੇ, ਗੁਰੂ ਪਾਤਸ਼ਾਹ ਦਾ ਰੂਪ ਨੇ ਪੰਜ ਪਿਆਰੇ। ਉਹਨਾਂ ਨੇ ਸਾਨੂੰ ਇੱਕੋ ਸਵਾਲ ਕਰਨਾ ਵੀ ਤੁਸੀਂ ਧਰਮ ਯੁੱਧ ਦੇ ਵਿੱਚ ਜਾਨ ਦੇਣ ਲਈ ਤਿਆਰ ਜੋ, ਸਿਰ ਦੇਣ ਲਈ ਤਿਆਰ ਜੋ? ਉੱਥੇ ਕਹਿਣਾ ਹਾਂਜੀ ਤਿਆਰ ਆ, ਨਹੀਂ ਤੇ ਅੰਮ੍ਰਿਤ ਨਹੀਂ ਛਕਾਉਂਦੇ। ਤੇ ਉੱਥੇ ਆਪਾਂ ਕਿੰਨੇ ਕਹਿ ਕੇ ਆ ਜਾਂਦੇ ਵੀ ਤਿਆਰ ਆ, ਤੇ ਬਾਅਦ ਜਦੋਂ ਕੌਮ ਤੇ ਵਿਪਤਾ ਪੈਂਦੀ ਹੈ ਤੇ ਫਿਰ ਕੋਈ ਕਿਸੇ ਪਾਸੇ ਨੂੰ ਖਿਸਕ ਜਾਂਦਾ, ਕੋਈ ਕਿਸੇ ਪਾਸੇ ਨੂੰ ਖਿਸਕ ਜਾਂਦਾ। ਪੰਜ ਪਿਆਰਿਆਂ ਦੀ ਹਜ਼ੂਰੀ ਚ ਝੂਠ ਬੋਲ ਕੇ ਜਦੋਂ ਬਾਹਰ ਆਉਂਦੇ ਆ ਤਾਂ ਕਰਕੇ ਕੌਮ ਦੀ ਦੁਰਦਸ਼ਾ। ਮੈਂ ਇਹ ਗੱਲ ਕਹਿਣਾ ਕੱਲ ਇੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ ਅੰਮ੍ਰਿਤ ਸੰਚਾਰ ਹੋਣਾ, ਭਾਵੇਂ ਇੱਕ ਪ੍ਰਾਣੀ ਅੰਮ੍ਰਿਤ ਛਕਿਓ, ਪਰ ਛਕਿਓ ਉਹ ਜਿਹੜਾ ਪੰਜ ਪਿਆਰਿਆਂ ਨਾਲ ਗੁਰੂ ਰੂਪ ਨੇ ਪੰਜ ਪਿਆਰੇ ਉਹਨਾਂ ਨੇ ਕੀਤਾ ਵਾਅਦਾ ਬਾਹਰ ਆਣ ਕੇ ਨਿਭਾ ਸਕਦਾ। ਜੇ ਬਾਹਰ ਆਣ ਕੇ ਉਹ ਹੀ ਕੰਮ ਕਰਨੇ ਆ, ਤਰਕ ਕਰਨੇ ਆ, ਕੁਤਰਕ ਕਰਨੇ ਆ, ਕੌਮ ਦੇ ਉੱਤੇ ਵਿਪਤਾ ਪਈ ਹੈ, ਸਾਡੇ ਬੂਹੇ ਦੇ ਬਾਹਰ ਖੜੇ ਹੋ ਕੇ ਦੁਸ਼ਮਣ ਸਾਨੂੰ ਲਲਕਾਰਦਾ ਵਿਗਾੜਦਾ, ਅੰਦਰ ਅਸੀਂ ਕਿਹੜੀ ਬਹਿਸ ਛੇੜੀ ਹੈ ਵੀ ਮਰਿਆਦਾ ਠੀਕ ਨਹੀਂ, ਮਰਿਆਦਾ ਨੂੰ ਠੀਕ ਕਰਨਾ? ਕਿਹੜੀ ਮਰਿਆਦਾ? ਜਿਹੜੀ ਕੌਮ ਗੁਲਾਮ ਹੋ ਜਾਵੇ ਉਹਦੀ ਮਰਿਆਦਾ ਕਿਹੜੀ ਹੁੰਦੀ? ਉਹਦੀ ਮਰਿਆਦਾ ਨੂੰ ਤੈਅ ਕੌਣ ਕਰਦਾ? ਉਹਦੀ ਮਰਿਆਦਾ ਨੂੰ ਉਹਦਾ ਹੁਕਮਰਾਨ ਤੈਅ ਕਰਦਾ। ਸਾਡੇ ਤੇ ਕਿਹੜੀ ਮਰਿਆਦਾ ਲਾਗੂ ਹੋਣੀ ਹੈ, ਕਦੋਂ ਕਿਹਨੂੰ ਮਾਫੀ ਦੇਣੀ ਹੈ, ਕਦੋਂ ਕਿਹਦੇ ਹੱਕ ਚੋਂ ਗੁਨਾਮਾ ਜਾਰੀ ਕਰ ਦੇਣਾ ਕੌਣ? ਹੈਲੋ ਦੋਸਤੋ, ਅੰਮ੍ਰਿਤਪਾਲ ਸਿੰਘ ਇੱਕ ਸਿੱਖਾਂ ਦਾ ਅਨਮੋਲ ਹੀਰਾ ਵੈ, ਜਿਹੜਾ ਕਿ ਸਿੱਖੀ ਨੂੰ ਅੱਗੇ ਵਧਾਉਣ ਵਾਸਤੇ, ਸਿੱਖਾਂ ਨੂੰ ਨਾਲ ਜੁੜਨ ਵਾਸਤੇ, ਗੁਰੂ ਵਾਲੇ ਸਿੱਖ ਬਣਾਉਣ ਵਾਸਤੇ ਰਾਤ ਦਿਨ ਕੰਮ ਕਰ ਰਿਹਾ ਵੈ, ਖਾਲਸਾ ਵਹੀਰ ਕਰ ਰਿਹਾ ਵੈ। ਮੈਂ ਅੰਮ੍ਰਿਤਪਾਲ ਸਿੰਘ ਨੂੰ ਦਿਲੋਂ ਸਲੂਟ ਕਰਨਾ ਵੈ ਅਤੇ ਉਹਦੀ ਸਪੋਰਟ ਕਰਨਾ। ਅੱਜ ਦੀ ਮੈਂ ਜਿਹੜੀ ਵੀਡੀਓ ਸੁਣੀ ਹੈ, ਅੰਮ੍ਰਿਤਪਾਲ ਸਿੰਘ ਨੇ ਯਾਰ ਇੱਕ ਵੱਡੇ ਹੀਰੋ ਪਨ ਦਾ ਬੜਾ ਮੁਜ਼ਾਹਰਾ ਕੀਤਾ, ਕਿ ਉਹ ਕਹਿ ਰਿਹਾ ਕਿ ਜਿਹੜੇ ਮੇਰੀ ਸਪੋਰਟ ਦੇ ਵਿੱਚ ਬੋਲਦੇ ਹੈ ਅਤੇ ਲੋਕ ਜਿਹੜੇ ਮੈਨੂੰ ਬੁਰਾ ਭਲਾ ਕਹਿੰਦੇ ਆ, ਤੁਸੀਂ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਬੁਰਾ ਨਾ ਕਹੋ, ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਵੈ। ਇਸ ਕਰਕੇ ਜਿਹੜੇ ਅੰਮ੍ਰਿਤਪਾਲ ਸਿੰਘ ਦੀ ਸਪੋਰਟਸ ਬੋਲਦੇ ਉਹਨਾਂ ਨੂੰ ਮਨਾ ਕਰਨ ਰਿਹਾ ਵੈ, ਕਿਸੇ ਦੀਆਂ ਧੀਆਂ ਭੈਣਾਂ ਦੇ ਗਲਤ ਸ਼ਬਦ ਨਾ ਬਾਰੇ ਬੋਲੋ, ਹਾਂ ਤੁਸੀਂ ਚੁੱਪ ਕੀਤੇ ਰਹੋ। ਬਸ ਅੰਮ੍ਰਿਤਪਾਲ ਸਿੰਘ ਕਿਸੇ ਦੇ ਖਿਲਾਫ਼ ਕੋਈ ਸ਼ਰਤ ਪਸੰਦੀ ਵਾਲੀ ਕੋਈ ਗਲਤ ਗੱਲ ਨਹੀਂ ਕਰਦਾ, ਬਲਕਿ ਉਹ ਸ਼ਾਂਤੀ ਦੀ ਗੱਲ ਕਰਦਾ ਵੈ।
ਸਿੱਖਾਂ ਨੂੰ ਜੋੜਨ ਦੀ ਗੱਲ ਕਰਦਾ ਵਾ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਵਾ, ਤੇ ਇਹਦੇ ਵਿੱਚ ਕੀ ਬੁਰਾਈ ਹੈ? ਦੇਖੋ ਲੋਕ ਉਹਨੂੰ ਕਿੰਨਾ ਬੁਰਾ ਭਲਾ ਕਹਿੰਦੇ ਆ, ਲੇਕਿਨ ਜਿਹੜੇ ਉਹਦੇ ਹੱਕ 'ਚ ਬੋਲਦੇ ਅੰਮ੍ਰਿਤਪਾਲ ਦੇ, ਜਿਹੜੇ ਉਹਨਾਂ ਨੂੰ ਲੋਕਾਂ ਨੂੰ ਬੁਰਾ ਕਹਿੰਦੇ, ਉਹਨਾਂ ਨੂੰ ਵੀ ਕਹਿੰਦਾ ਕਿ ਬੁਰਾ ਨਾ ਕਹੋ। ਇਹ ਇੱਕ ਚੰਗੇ ਲੀਡਰ ਦੀ ਨਿਸ਼ਾਨੀ ਹੁੰਦੀ ਹੈ। ਉਹ ਦੱਸ ਰਿਹਾ ਵਾ ਕਿ ਅਗਰ ਅਸੀਂ, ਸਾਡੇ 'ਤੇ ਗੁਰੂ ਦੀ ਕਿਰਪਾ ਹੈਗੀ ਹੈ, ਅਸੀਂ ਦਿਲੋਂ ਸੱਚੇ ਹਾਂ, ਅਤੇ ਫਿਰ ਕੋਈ ਜਿੰਨਾ ਮਰਜ਼ੀ ਸਾਨੂੰ ਬੁਰਾ ਕਹਿ ਲਵੇ, ਜਿੰਨਾ ਮਰਜ਼ੀ ਸਾਡੇ ਖਿਲਾਫ਼ ਪ੍ਰਾਪੋਗੰਡਾ ਕਰ ਲਵੇ, ਸਾਡਾ ਉਹ ਨੁਕਸਾਨ ਨਹੀਂ ਕਰ ਸਕਦਾ। ਲੇਕਿਨ ਅਗਰ ਤੁਸੀਂ ਗੁਰੂ ਦੇ ਨਹੀਂ ਹੈਗੇ, ਮਨੋ ਤੁਹਾਡੇ ਮਨ 'ਚ ਮੈਲ ਹੈਗੀ ਹੈ, ਤਾਂ ਫਿਰ ਤੁਸੀਂ ਆਪਣਾ ਨੁਕਸਾਨ ਆਪੇ ਕਰ ਬਹਿਣਾ ਵਾ, ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਅੰਮ੍ਰਿਤਪਾਲ ਸਿੰਘ ਦੇ ਵਿਚਾਰ ਤੁਸੀਂ ਸੁਣੋ ਅਤੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਵਾਕਿਆ ਇੱਕ ਹੀਰੋ ਹੈ, ਉਹ ਵਾਕਿਆ ਹੀ ਇੱਕ ਅਨਮੋਲ ਰਤਨ ਹੈਗਾ ਵੈ, ਜਿਹੜਾ ਕਿ ਸਿੱਖਾਂ ਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ। ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀਗਾ ਕਰਨਾ ਕਿ ਤੁਹਾਨੂੰ ਅੱਜ ਦੀਆਂ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਕਿਸ ਤਰ੍ਹਾਂ ਦੀਆਂ ਲੱਗੀਆਂ।